ਜਦੋਂ ਇਕੱਲੇ ਹੋਗੇ ਤੁਹਾਨੂੰ ਲੋਕ ਛੇਤੀ ਤੋੜਨਗੇ, ਜਦੋਂ ਚਾਰ ਇਕੱਠੇ ਹੋਗੇ ਤਾਂ ਛੇਤੀ ਕੀਤਿਆਂ ਤੁਸੀਂ ਕਿਸੇ ਕੋਲੋਂ ਟੁੱਟਣੇ ਨਹੀਂ। ਇਕੱਠ ਬੜਾ ਹੁਣ ਤਾਂ ਗੱਲ ਆਪਾਂ ਅੱਗੇ ਸਮਝਾ ਨਹੀਂ ਸਕਦੇ, ਅੱਗੇ ਤਾਂ ਸੁੱਖ ਨਾ ਪੀੜ੍ਹੀ, ਹੁਣ ਤਾਂ ਜਿਹੜੀ ਅਗਲਾ ਜਿਹੜਾ ਸਿਸਟਮ ਬਣਦਾ ਜਾ ਰਿਹਾ, ਪਹਿਲਾਂ ਪਿੱਛੋਂ ਆਪਾਂ ਤੁਰੇ ਸੀ ਆਪਣੇ ਬਜ਼ੁਰਗਾਂ ਦੇ, ਦੋ ਦੋ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਭਰਾ, ਹੁਣ ਪੀੜ੍ਹੀ ਅਗਲੀ ਅੱਗੇ ਆ, ਹੁਣ ਤਾਂ ਅਗਲੀ ਜਿਹੜੀ ਪੀੜ੍ਹੀ ਅਗਲਾ ਤਾਂ ਜਿਹੜਾ ਕੰਮ ਸਾਰਿਆਂ ਨੂੰ ਆਪਾਂ ਨੂੰ ਪਤਾ ਵੀ ਜੇ ਤਾਂ ਪੁੱਤ ਹੋ ਗਿਆ ਤਾਂ ਫਿਰ ਤਾਂ ਧੀ ਦੀ ਵੀ ਲੋੜ ਨਹੀਂ, ਜੇ ਧੀ ਹੋ ਗਈ ਤਾਂ ਫਿਰ ਆਪਾਂ ਪੁੱਤ ਕਹਿ ਦੇਣਾ ਵੀ ਕੋਈ ਗੱਲ ਨਹੀਂ, ਮਹਾਰਾਜ ਦੀ ਕਿਰਪਾ ਨਾਲ। ਧੀਆਂ ਪੁੱਤਾਂ 'ਚ ਕੋਈ ਫਰਕ ਨਹੀਂ ਹੈਗਾ, ਸਾਡੇ ਵਾਸਤੇ ਧੀਆਂ ਵੀ ਓਨੀਆਂ ਚੰਗੀਆਂ। ਆਹ ਹੁਣ ਤੁਸੀਂ ਵੇਖਿਆ ਇਸ ਵਾਰ ਜੇ ਇੰਨੇ ਜੱਜ ਬਣੇ ਨੇ ਤਾਂ ਉਹਨਾਂ ਵਿੱਚੋਂ 70 ਧੀਆਂ ਹੀ ਜੱਜ ਬਣੀਆਂ ਨੇ। ਧੀਆਂ ਤਾਂ ਮਾੜੀਆਂ ਹੈ ਹੀ ਨਹੀਂ, ਧੀਆਂ ਨਾਲ ਕਿਉਂ ਨਫ਼ਰਤ ਕਰੀਏ ਜੀ ਆਪਾਂ? ਬੱਚਿਆਂ ਨੂੰ ਤਾਂ ਸਗੋਂ ਕਹਿਣਾ ਨਹੀਂ ਪੈਂਦਾ, ਬੱਚੀਆਂ ਤਾਂ ਆਪੇ ਪੜ੍ਹਦੀਆਂ, ਪੁੱਤਾਂ ਨੂੰ ਕਈ ਵਾਰੀ ਕਹਿਣਾ ਪੈਂਦਾ, ਕਿਉਂਕਿ ਪੁੱਤ ਨੂੰ ਬਾਪੂ ਦੀ ਜ਼ਮੀਨ ਦਿਸ ਰਹੀ ਹੁੰਦੀ ਆ। ਜਿਹੜਾ ਪੁੱਤ ਹੁੰਦਾ ਉਹਨੂੰ ਤਾਂ ਬਾਪੂ ਦਾ ਕਾਰੋਬਾਰ ਦਿਸ ਰਿਹਾ ਹੁੰਦਾ, ਕਹਿੰਦਾ ਮੈਨੂੰ ਕੀ ਲੋੜ ਹੈ, ਸਭ ਕੁਝ ਮਿਲ ਜਾਣਾ। ਧੀ ਵਿਚਾਰੇ ਨੂੰ ਇਹ ਹੁੰਦਾ ਪਤਾ ਨਹੀਂ ਕਿਹਦੇ ਲੜ ਫੜ ਕੇ ਇਹਨਾਂ ਲਾ ਦੇਣਾ, ਸਾਰੀ ਜ਼ਿੰਦਗੀ ਮੈਂ ਕਦੀ ਆਪਣੇ ਘਰ 'ਚ ਨਸ਼ਾ ਨਹੀਂ ਵੇਖਿਆ, ਪਤਾ ਨਹੀਂ ਨਸ਼ੇ ਵਾਲੇ ਦੇ ਲੜ ਲਾ ਦੇਣਾ, ਨਾ ਮੇਰਾ ਦਾਦਾ ਪੀਵੇ, ਨਾ ਮੇਰਾ ਪਿਓ ਪੀਵੇ, ਨਾ ਮੇਰੇ ਭਰਾ ਪੀਣ, ਪਰ ਪਰਿਵਾਰ ਨੇ ਪਤਾ ਨਹੀਂ ਕਿਹਦੇ 'ਤੇ ਹੁੰਦਾ ਵੀ ਹੈ ਸਮਾਜ ਵਿੱਚ। ਮਾਫ਼ ਕਰਨਾ, ਮੈਂ ਪਹਿਲਾਂ ਮਾਫ਼ੀ ਮੰਗ ਲਵਾਂ। ਤੁਹਾਡੇ ਲਾਗੇ ਬੱਸ ਵਿੱਚ ਕੋਈ ਨਸ਼ਾ ਪੀਤਾ ਹੋਵੇ ਵਿਅਕਤੀ ਨੇ, ਉਹ ਕੋਈ ਸਵਾਰੀ ਬਹਿ ਜਾਏ, ਤੁਸੀਂ ਨਾ ਪੀਤੀ ਹੋਵੇ ਜ਼ਿੰਦਗੀ 'ਚ ਕਦੀ, ਅਤੇ ਸੋਚ ਕੇ ਵੇਖੋ ਤੁਸੀਂ ਕਈ ਵਾਰੀ ਕਨੈਕਟਰ ਨੂੰ ਕਹਿੰਦੇ ਭਾਈ ਇਹਨੂੰ ਜਾਂ ਇਹਦੀ ਸੀਟ ਬਦਲ ਦੇ ਜਾਂ ਮੈਨੂੰ ਕਿਤੇ ਪਾਸੇ ਬਿਠਾ ਦੇ। ਪਲੇਨ ਦੇ ਵਿੱਚ ਖਾਸ ਕਰਕੇ ਸਭ ਤੋਂ ਔਖਾ ਹੁੰਦਾ, ਤੁਹਾਡੇ ਲਾਗੇ ਉਹ ਸਵਾਰੀ ਬਹਿ ਜਾਏ, ਸਫ਼ਰ ਵੀ 8-9 ਘੰਟੇ ਦੀ ਫਲਾਈਟ ਹੋਵੇ ਤੁਹਾਡੀ, ਤੁਹਾਡੇ ਲਾਗੇ ਉਹ ਵਿਅਕਤੀ ਬਹਿ ਜਾਏ ਜਿਹੜਾ ਡਰਿੰਕ ਕਰਦਾ ਹੋਵੇ ਅਤੇ ਉਹਦੀ ਸ਼ਰਾਬ ਵੀ ਚੰਗੀ ਨਾ ਹੋਵੇ, ਤੁਸੀਂ ਕਈ ਵਾਰੀ ਇਹ ਹੋਸਟਲ ਨੂੰ ਬੁਲਾ ਕੇ ਤੁਸੀਂ ਸ਼ਿਕਾਇਤ ਕਰ ਦਿਓ ਜੀ, ਜਾਂ ਤਾਂ ਪਲੀਜ਼ ਕੋਈ ਸੀਟ ਚੇਂਜ ਕਰ ਦਿਓ, ਇੱਥੇ ਇਕੱਠੇ ਸ਼ਰਾਬੀ ਕਰ ਦਿਓ, ਸਾਨੂੰ ਪਾਸੇ ਬਿਠਾ ਦਿਓ। ਸੋਚ ਕੇ ਵੇਖਿਓ ਜੇ 7-8 ਘੰਟੇ ਦਾ ਸਫ਼ਰ ਤੁਸੀਂ ਨਸ਼ਾ ਨਹੀਂ ਪੀਂਦੇ, ਤੁਹਾਡੇ ਵਾਸਤੇ ਸਫ਼ਰ ਕਰਨਾ ਔਖਾ ਹੈ, ਅਤੇ ਜਿਸ ਧੀ ਨੂੰ ਸ਼ਰਾਬ ਚੰਗੀ ਨਹੀਂ ਸੀ ਲੱਗਦੀ ਉਹਨੇ ਆਪਣੀ ਜ਼ਿੰਦਗੀ ਦਾ 20-30 ਸਾਲ ਸਫ਼ਰ ਕਿੱਦਾਂ ਤੈਅ ਕੀਤਾ ਹੋਵੇਗਾ ਉਸ ਬੰਦੇ ਨਾਲ, ਸੋਚਿਆ ਕਦੀ ਆਪਾਂ? ਤੁਸੀਂ ਸਾਰੇ ਸੂਝਵਾਨ ਬੈਠੇ ਹੋ, ਆਪਾਂ ਆਪਣੇ ਪੁੱਤਾਂ ਧੀਆਂ ਦੀਆਂ ਆਨੰਦ ਕਾਰਜਾਂ 'ਤੇ ਕਿੰਨੇ ਪ੍ਰਸੈਂਟ ਆ ਜਿਹੜੇ ਲੋਕ ਨਸ਼ਾ ਨਹੀਂ ਪਿਆਉਂਦੇ, ਮਾਰੇ ਹੋ ਧਿਆਨ ਜੀ। ਇਹ ਗੱਲ ਬਹੁਤ ਔਖੀ ਆ, ਪਰ ਇਹਨੂੰ ਹਜ਼ਮ ਕਰਕੇ ਵੇਖਿਓ ਕਿੰਨੇ ਪ੍ਰਸੈਂਟ ਨੇ ਜਿਹੜੇ ਕਦੀ ਇਹ ਵਿਚਾਰ ਕਰਦੇ ਹੋਣ ਕਿ ਜਦੋਂ ਅਸੀਂ ਆਪਣੇ ਪੁੱਤਰ ਦਾ ਆਨੰਦ ਕਾਰਜ ਕਰਾਂਗੇ, ਚਾਰ ਲਾਵਾਂ ਦੇ ਮੀਨਿੰਗ ਸਮਝਾਂਗੇ, ਚਾਰ ਲਾਵਾਂ ਦਾ ਅਰਥ ਕੀ ਆ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀ ਉਹਦਾ ਕੀ ਅਰਥ ਹੈ, ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ ਉਹਦਾ ਕੀ ਅਰਥ ਹੈ, ਹਰ ਤੀਜੜੀ ਲਾਮ ਮਨ ਚਾਓ ਭਇਆ ਸਤਿਗੁਰ ਪੁਰਖ ਮਿਲਾਇਆ, ਹਰ ਮਨ ਚਾਓ ਭਇਆ ਬੈਰਾਗੀਆਂ, ਹਰ ਚੌਥੜੀ ਲਾਮ ਮਨ ਸਹਿਜ ਪਿਆ, ਚਾਰ ਲਾਵਾਂ ਦਾ ਅਰਥ ਕੀ ਆ। ਅਸੀਂ ਕੋਈ ਇੱਦਾਂ ਦਾ ਪ੍ਰਬੰਧ ਕਰਨਾ ਕਿ ਅਸੀਂ 2 ਘੰਟੇ ਲਾਵਾਂ ਦੇ ਅਰਥ ਬਹਿ ਕੇ ਪਰਿਵਾਰ ਨੇ ਸਾਰਿਆਂ ਨੇ ਸੰਗਤ ਵਿੱਚ ਬਹਿ ਕੇ ਸੁਣਨੇ ਆ, ਕਦੀ ਕੀਤੀ ਸਲਾਹ ਜੀ? ਸਾਡੀ ਸਲਾਹ ਕੀ ਹੁੰਦੀ ਭਲਾ? ਅਸੀਂ ਗ੍ਰੰਥੀ ਸਿੰਘ ਨੂੰ ਸਭ ਤੋਂ ਮਗਰੋਂ ਆਖਣ ਜਾਂਦੇ ਜਿੱਥੇ ਲਾਵਾਂ ਕਰਨੀਆਂ ਹੁੰਦੀਆਂ, ਪਹਿਲਾਂ ਪੈਲਸ ਬੁੱਕ ਕਰਦੇ ਹਾਂ, ਸ਼ਰਾਬ ਬੁੱਕ ਕਰਾਉਂਦੇ ਹਾਂ, ਸ਼ਮਿਆਨੇ ਲੱਗਦੇ, ਅਸਾਂ ਜਿਹੜਾ ਮੇਨ ਕੰਮ ਹੈ ਉਹ ਸਭ ਤੋਂ ਮਗਰੋਂ, ਸਭ ਤੋਂ ਮਗਰੋਂ, ਜਿਹ ਤੋਂ ਬਿਨਾਂ ਸਾਡਾ ਸਰਨਾ ਨਹੀਂ। ਅਤੇ ਜੇ ਬਰਾਤ ਜਾਵੇ 100-150-60-70 ਕਿੰਨੇ ਪ੍ਰਸੈਂਟ ਜਾਂਦੇ ਜੀ ਬਰਾਤ ਦੇ ਭਲਾ ਲਾਵਾਂ 'ਤੇ? ਤੁਸੀਂ ਸਾਰੇ ਸੂਝਵਾਨ ਹੋ, ਆਪਾਂ ਬਰਾਤਾਂ 'ਤੇ ਜਾਂਦੇ ਰਹਿੰਦੇ, ਕਿੰਨੇ ਪ੍ਰਸੈਂਟ ਜਾਂਦੀ ਜੀ ਬਰਾਤ ਭਲਾ? ਮਸਾਂ 5-7 ਲੜਕੇ ਵਾਲੇ ਬੋਲੋ ਜੀ, ਅਤੇ 5-7 ਲੜਕੀ ਵਾਲੇ। ਕਦੀ ਸਮਾਂ ਸੀ ਗੁਰੂ ਦੀ ਗੋਦ ਵਿੱਚ, ਅੱਜ ਵੀ ਹੌਲੀ ਹੌਲੀ ਪਰਿਵਾਰਾਂ ਦਾ ਮੂੜਾ ਪੈ ਰਿਹਾ ਵਾ, ਇਹ ਬੰਨ ਨੂੰ ਤੋੜੋ, ਪਰਿਵਾਰਾਂ 'ਚ ਬਹਿ ਕੇ ਵਿਚਾਰ ਕਰੋ, ਇੱਦਾਂ ਵੀ ਘਰਾਂ 'ਚ ਲਾਵਾਂ ਹੋ ਸਕਦੀਆਂ ਨੇ। ਇੱਦਾਂ ਅਸੀਂ ਮੈਂ ਆਪਦੀ ਗੱਲ ਦੱਸਦਾ, ਅਸੀਂ 3 ਆਨੰਦ ਕਾਰਜ ਕੀਤੇ ਆਪਣੇ ਪਰਿਵਾਰ ਦੇ ਵਿਹੜੇ ਵਿੱਚ, ਇਸ ਟਾਈਮ ਦੀ ਗੱਲ ਦੱਸ ਰਿਹਾ, 2 ਭਣੇਵੀਆਂ ਦਾ, 1 ਭਤੀਜੀ ਦਾ। ਆ ਭਤੀਜੀ ਦਾ ਪਿਛਲੇ ਸਾਲ ਕੀਤਾ 12 ਫਰਵਰੀ ਨੂੰ,
ਕਿਸੇ ਪੈਲਸ ਵਿੱਚ ਨਹੀਂ, ਘਰਾਂ 'ਚ ਆਦਤ ਪਾਓ ਲੋਕਾਂ ਨੂੰ, ਲੋਕਾਂ ਦਾ ਕੜ ਤੋੜੋ, ਨਾ ਉੱਜੜੀਏ ਅਸੀਂ। ਅਸੀਂ ਆਪ ਕਰਜ਼ੇ ਚੁੱਕ ਚੁੱਕ ਕੇ ਮੁੜ ਕੇ ਫਾਹ ਲੈ ਲੈ ਕੇ ਅਸੀਂ ਕਿਉਂ ਮਰਦੇ ਹਾਂ? ਕਿਉਂਕਿ ਅਸੀਂ ਦੂਜਿਆਂ ਵੱਲ ਵੇਖ ਕੇ ਕਰ ਰਹੇ ਹਾਂ।